ਮੁੱਲਾ ਪੁਰਸ਼ ਆਪਣੇ ਦਫ਼ਤਰ ਵਿੱਚ ਬੈਠੇ ਡੀਐਸਪੀ ਦਾਖਾ ਰੇਂਜ ਅਜੇ ਰਾਜ ਸਿੰਘ ਉਸ ਵੇਲੇ 605 ਵਿੱਚ ਪੈ ਗਏ ਜਦੋਂ ਕਾਂਗਰਸੀ ਆਗੂ ਮੇਜਰ ਸਿੰਘ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਉਹਨਾਂ ਨੂੰ ਚਿੱਟਾ ਰੂਪੀ ਰਾਵਣ ਦਾ ਮੰਗ ਪੱਤਰ ਦਿੱਤਾ। ਡੀਐਸਪੀ ਹਾਲੇ ਮੰਗ ਪੱਤਰ ਪੜ੍ਹ ਹੀ ਰਹੇ ਸਨ ਕਿ ਕਾਂਗਰਸੀਆਂ ਨੇ ਉਹਨਾਂ ਦੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੇ ਗਲ ਵਿੱਚ ਪ੍ਰਾਊਡ ਟੂ ਬੀ ਅਕਾਲੀ ਸਟਿੱਕਰਾਂ ਵਾਲੀ ਲੋਈ ਪਾ ਦਿੱਤੀ। ਉਸ ਸਮੇਂ ਡੀਐਸਪੀ ਦਾ ਧਿਆਨ ਲੋਈ ਵੱਲ ਘੱਟ ਅਤੇ ਮੀਡੀਆ ਦੇ ਫੋਟੋਗ੍ਰਾਫਰਾਂ ਵੱਲ ਵੱਧ ਸੀ। ਇੰਨੇ 'ਚ ਕਾਂਗਰਸੀ ਆਗੂ ਅਤੇ ਵਰਕਰ ਉਹਨਾਂ ਨਾਲ ਫੋਟੋ ਖਿਚਵਾ ਕੇ ਤੁਰਦੇ ਬਣੇ। ਪਿਛਲੇ ਸਮੇਂ ਦੌਰਾਨ ਜਿੰਨਾ ਵੀ ਮਨਪ੍ਰੀਤ ਸਿੰਘ ਆਲੀ ਦਾ ਨਸ਼ਾ ਸੀ ਉਹ ਸਾਰਾ ਇਸ ਸਾਡੇ ਡੈਪਟੀ ਸਾਹਿਬ ਦੀ ਸਰਪ੍ਰਸਤੀ ਹੇਠ ਸਮੁੱਚੇ ਦਾਖੇ ਹਲਕੇ ਵਿੱਚ ਪ੍ਰਫੁੱਲਿਤ ਹੋਇਆ ਅਤੇ ਉਹਨਾਂ ਦੀ ਇਹ ਪੁਸ਼ਤ ਪਨਾਹੀ ਵੀ ਕਰਦੇ ਰਹੇ ਆ, ਉਹਨਾਂ ਦੀ ਇੱਥੇ ਨਜ਼ਰਸਾਨੀ ਅਤੇ ਉਹਨਾਂ ਦੀ ਰਾਖੀ ਵੀ ਕਰਦੇ ਰਹੇ। ਸੋ ਅੱਜ ਇਸ ਕਰਕੇ ਕਿਉਂਕਿ ਡਿਪਟੀ ਸਾਹਿਬ ਬਦਲ ਕੇ ਇੱਥੋਂ ਜਾ ਰਹੇ ਸੀਗੇ, ਅਸੀਂ ਸਮੁੱਚੀ ਅੱਜ ਕਾਂਗਰਸ ਨੇ ਇਕੱਠੇ ਹੋ ਕੇ ਉਸ ਨੂੰ ਇਹਦਾ ਸਨਮਾਨ ਕੀਤਾ। ਪ੍ਰਾਊਡ ਟੂ ਬੀ ਅਕਾਲੀ ਲੋਈ ਜਿਹੜੀ ਉਹਦੇ ਗਲ 'ਚ ਪਾ ਕੇ ਉੱਥੇ ਸਟਿੱਕਰ ਲਾ ਕੇ ਇਹਦਾ ਅਸੀਂ ਸਨਮਾਨ ਕੀਤਾ। ਬਾਅਦ ਵਿੱਚ ਜਦ ਡੀਐਸਪੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਾਂਗਰਸੀ ਆਗੂ ਮੰਗ ਪੱਤਰ ਦੇਣ ਦੇ ਬਹਾਨੇ ਉਕਤ ਲੋਈ ਉਹਨਾਂ ਦੇ ਗੱਲ ਵਿੱਚ ਪਾ ਗਏ ਹਨ, ਜਿਸ ਬਾਬਤ ਉਹਨਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।